ਪੰਜਾਬੀਆਂ ਵਾਸਤੇ ਕੈਨੇਡਾ ਤੋਂ ਬਹੁਤ ਵਧੀਆ ਖਬਰ ਆ ਉਥੋਂ ਦੇ ਜਿਹੜਾ ਬਹੁਤ ਵੱਡਾ ਰਾਜ ਹੈ অন্ਟਾਰੀਓ ਉਥੋਂ ਖਬਰ ਆਈ ਆ ਜਿਹੜੀਆਂ ਚੋਣਾਂ ਹੋ ਗਿਆ ਹੈਡੀਆਂ ਉਹਦੇ ਚ ਜਿਹੜੀ ਲਿਬਰਲ ਪਾਰਟੀ ਆ ਉਹਨੇ ਬਹੁਤ ਸ਼ਾਨਦਾਰ ਜਿੱਤ ਹਾਸਲ ਕੀਤੀ ਆ 107 ਸੀਟਾਂ ਚੋਂ ਕਰੀਬ 59 ਸੀਟਾਂ 59 ਸੀਟਸ ਲਿਬਰਲ ਪਾਰਟੀ ਜਿਹੜੀ ਆ ਉਹ ਜਿੱਤ ਗਈ ਆ ਦੂਜੇ ਥਾਂ ਤੇ ਰਹੀ ਕੰਜ਼ਰਵੇਟਿਵ ਪਾਰਟੀ ਕਰੀਬ 27 ਸੀਟਾਂ ਮਿਲੀਆਂ ਉਹਨਾਂ ਨੂੰ ਔਰ ਨਿਊ ਡੈਮੋਕ੍ਰੈਟਿਕ ਜਿਹੜੇ ਆ ਉਹਨਾਂ ਨੁਕਰੀ 21 ਸੀਟਾਂ ਲਈਆਂ। ਅਨਟਾਰੀਓ ਤੁਹਾਨੂੰ ਪਤਾ ਹੀ ਹੈ ਬਹੁਤ ਵੱਡਾ ਰਾਜ ਹੈ ਇਹਦੇ ਵਿੱਚ ਬ੍ਰੈਮਟਨ ਮਿਸਿਸਾਗਾ ਵਰਗੇ ਇਲਾਕੇ ਆ ਜਿੱਥੇ ਪੰਜਾਬੀ ਬਹੁਤ ਵਸਦੇ ਆ। ਔਰ ਪੰਜਾਬੀਆਂ ਨੇ ਪੰਜਾਂ ਸੀਟਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਚਾਰ ਵਿੱਚੋਂ ਲਿਬਰਲ ਪਾਰਟੀ ਤੇ ਇੱਕ ਨਿਊ ਡੈਮੋਕ੍ਰੈਟਿਕ ਪਾਰਟੀ ਵੱਲੋਂ ਹਰਿੰਦਰਜੀਤ ਸਿੰਘ ਤੱਕਰ ਵਿਖਟੋਂ ਅਮਰਿਤ ਮੰਗੜ ਹਰਿੰਦਰ ਮੱਲੀ ਔਰ ਜਗਮੀਤ ਸਿੰਘ ਇਹ ਜੇਤੂ ਰਹੇ। ਇਸੇ ਤਰ੍ਹਾਂ ਹੀ ਦੋ ਹੋਰ ਨਾਨ ਪੰਜਾਬੀ ਭਾਰਤੀ ਜਿਹੜੇ ਆ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਦੋ ਕੈਂਡੀਡੇਟ ਜਿਹੜੇ ਆ ਉਹ ਆਪਣੇ ਪਾਕਿਸਤਾਨ ਤੋਂ ਨੇ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ ਪਾਕਿਸਤਾਨ ਦੇ ਵੀ ਕਾਫੀ ਲੋਕੀ ਮਿਸਿਸਾਗਾ ਲਾਕੇਜ ਚ ਬ੍ਰੈਂਟਨ ਲਾਕੇਜ ਚ ਰਹਿੰਦੇ ਆ ਇਹ ਤਰੀ ਚੰਗੀ ਖਬਰ ਦੂਜੇ ਪਾਸੇ ਖਬਰੇ ਆ ਰਹੀ ਹੈ ਆਰਪੀ ਜਿਹੜਾ ਕਾਉਂਸਲ ਜਨਰਲ ਇੰਡੀਆ ਦਾ ਉਹਨਾਂ ਨੇ ਆਪਣੇ ਭਾਰਤੀਆਂ ਵਾਸਤੇ ਪੰਜਾਬੀਆਂ ਵਾਸਤੇ ਵੀਜ਼ਾ ਦੀ ਜਿਹੜੀ ਮਿਆਦ ਆ ਉਹ 5 ਸਾਲ ਤੋਂ ਘਟਾ ਕੇ 6 ਮਹੀਨੇ ਕਰਤੀ ਆ ਇਹ ਵੀ ਲੋਕੀ ਦੋਸ਼ ਲਾ ਰਹੇ ਆ ਕਿ ਜਿਹੜਾ ਕਾਉਂਸਲ ਜਨਰਲ ਉੱਥੇ ਹੈ ਉਹਨੇ ਕੁਝ ਟਿੱਪਣੀ ਵੀ ਇਹੋ ਜਿਹੀ ਕੀਤੀ ਆ ਉਹਨਾਂ ਕਹਿੰਿਆ ਆ ਕਿ ਬਹੁਤ ਸਾਰੇ ਪੰਜਾਬੀ ਜਿਹੜੇ ਆ ਉਹਨਾਂ ਦੇ ਅਤਵਾਦੀਆਂ ਨਾਲ ਸੰਬੰਧ ਆ ਇਹ ਸਭ ਕਰਕੇ ਬਹੁਤ ਜ਼ਿਆਦਾ ਰੋਸ ਆ ਮੈਨੂੰ ਆਸ ਆ ਪਈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੋਊਗੀ ਇਹਨਾਂ ਗੱਲਾਂ ਦੇ ਵਿੱਚ ਪਰ ਜੇ ਸੱਚਾਈ ਹੈ ਤੇ ਮੇਰੇ ਖਿਆਲ ਪਾਰ ਸਰਕਾਰ ਨੂੰ ਇਹਦੇ ਵਿੱਚ ਦਖਲ ਦੇਣਾ ਚਾਹੀਦਾ ਵਾ ਕਿਤੇ ਇਹ ਨਾ ਹੋਵੇ ਕਿ ਜਿਵੇਂ ਆਪਣੇ ਲੋਕਾਂ ਨੇ ਇੱਥੇ ਆਉਣ ਦਾ ਵੀਜ਼ਾ ਕਟਾਤਾ ਕਿਤੇ ਜੇ ਕੈਨੇਡੀਅਨਸ ਨੇ ਆਪਣੇ ਲੋਕਾਂ ਦਾ ਉੱਥੇ ਜਾਣ ਦਾ ਵੀਜ਼ਾ ਕਟਾਤਾ ਉਹਦੇ ਸੁਪਰ ਵੀਜ਼ਾ ਵਰਗੀਆਂ ਜਿਹੜੀਆਂ ਸਕੀਮਾਂ ਵਾਂ ਜੋ ਬੰਦ ਕਰਤੀਆਂ ਤੇ ਆਪਣੇ ਲੋਕਾਂ ਨੂੰ ਨੀਂਦ ਨਹੀਂ ਆਉਣੀ ਮੇਰਾ ਖਿਆਲ ਆ ਇਹੋ ਜੀਆਂ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ ਕਿਉਂਕਿ ਜਿਵੇਂ ਹੁਣਾਂ ਇਲੈਕਸ਼ਨਾਂ ਦੇ ਰਿਜ਼ਲਟ ਆਏ ਓਨਟਾਰੀਓ ਦੇ ਵਿੱਚ ਜੇ ਆਪਣੇ ਲੋਕੀ ਉੱਥੇ ਰਚਮੇ ਚ ਰਹਿਏ ਉਥੋਂ ਦੀ ਸੁਸਾਇਟੀ ਦੇ ਵਿੱਚ ਤੇ ਆਪਣੇ ਲੋਕਾਂ ਨੂੰ ਆਪਣੇ ਇੱਥੋਂ ਹੀ ਲੋਕਾਂ ਨੂੰ ਸਰਕਾਰ ਨਾਲੋਂ ਔਰ ਪ੍ਰਾਂਤ ਨਾਲੋਂ ਦੂਰ ਨਹੀਂ ਕਰਨਾ ਚਾਹੀਦਾ